ਘਟਾ ਰਹੇ ਹੋ ਜਾਂ ਘਟਾ ਰਹੇ ਹੋ ਚੇਂਜ ਹੋਊਗਾ ਨਾ ਪ੍ਰਾਈਸ ਘਟਾਓਗੇ ਤਾਂ ਥੋੜਾ ਇੱਕ ਅਸੰਪਸ਼ਨ ਦੇ ਬੇਸ ਤੇ ਰੱਖਦੇ ਨੇ ਉਹ ਵੈਸੇ ਜੋ ਮਾਰਜਨਲ ਰੈਵਨਿਊ ਕਰੇਗਾ ਉਹ ਸੇਵ ਰਹਿੰਦਾ ਤੁਹਾਡਾ ਅਗਰ ਮੰਨ ਲਓ ਕਹਿੰਦੇ ਅਸੀਂ ਪ੍ਰਾਈਸ ਘਟਾ ਲੈਂਦੇ ਹਾਂ ਕੰਪਨੀ ਸੋਚਦੀ ਸਾਡੀ ਡਿਮਾਂਡ ਇੰਨੀ ਕੁ ਵੱਧ ਜਾਏਗੀ ਥੋੜ੍ਹੀ ਜਿਹੀ ਵਧਾ ਲੈਂਦੇ ਹਾਂ ਤਾਂ ਮੇ ਬੀ ਇੱਧਰ ਨੂੰ ਆ ਜਾਏਗੀ ਅਗਰ ਥੋੜ੍ਹੀ ਹੋਰ ਘਟਾ ਲੈਂਦੇ ਹਾਂ ਤਾਂ ਹੋਰ ਉੱਤੀ ਚੱਲ ਜਾਏਗੀ ਤਾਂ ਮਤਲਬ ਕਿ ਇਹਨੂੰ ਕਹਿੰਦੇ ਅਸੀਂ ਕਿੰਕਲ ਜਦੋਂ ਇੱਧਰੋਂ ਦੀ ਇੱਧਰ ਆ ਗਏ ਫਿਰ ਇੱਧਰੋਂ ਦੀ ਇੱਧਰ ਆ ਗਏ ਉਹ ਅਸੀਂ ਜਿਹੜੀ ਲਾਈਨ ਆ ਰਹੀ ਉਹ ਕਿੰਕਲ ਹੈ ਤਾਂ ਅਸੀਂ ਇਹਨੂੰ ਮੰਨ ਕੇ ਚੱਲ ਸਕਦੇ ਹਾਂ ਜਿਹੜਾ ਆਈਸੋਪੈਂਟ ਸਾਡਾ ਆ ਰਿਹਾ ਉਹ ਕਿੰਕਲ ਡਿਮਾਂਡ ਕਰਦੇ ਅਕੋਰਡਿੰਗ ਠੀਕ ਇੱਕ ਇਹਦੇ ਵਿੱਚ ਹੈਗਾ ਹੋਲ ਐਂਡ ਹਿਚ ਵਰਜ਼ਨ ਆਫ ਕਿੰਕਲ ਡਿਮਾਂਡ ਕਰਨ ਹੋਲ ਐਂਡ ਹਿਚ ਵਰਜ਼ਨ ਕੀ ਕਹਿੰਦਾ ਹੈਗਾ ਹੋਲ ਐਂਡ ਹਿਚ ਵਰਜ਼ਨ ਮਾਡਲ ਆਫ ਕਿੰਕਲ ਡਿਮਾਂਡ ਕਰਵ ਇਜ਼ ਬੇਸਡ ਔਨ ਦੀ ਇੰਪੀਰੀਕਲ ਸਰਵੇ ਆਫ ਦੀ ਸੈਂਪਲ ਆਫ 30 ਵੈਲ ਮੈਨੇਜਡ ਫਰਮ ਇਨ ਦੀ ਇਨ ਇੰਗਲੈਂਡ ਇੰਗਲੈਂਡ ਦੇ ਵਿੱਚ 38 ਫਰਮ ਦਾ ਸਰਵੇ ਕਰਨ ਤੋਂ ਬਾਅਦ ਇਸ ਮਾਡਲ ਨੂੰ ਬਣਾਇਆ ਗਿਆ ਦਿਸ ਸਰਵੇ ਵਾਜ਼ ਕੰਡਕਟ ਬਾਈ ਦੀਸ ਟੂ ਆਕਸਫੋਰਡ ਇਕਨੋਮਿਕਸ ਟੂ ਫਾਈਂਡ ਆਊਟ ਦੀ ਫਰਮ ਇਜ਼ ਰੀਅਲ ਵਰਡ ਡਿਟਰਮਾਈਨ ਪ੍ਰਾਈਸ ਐਂਡ ਆਊਟ ਕੋਈ ਆਕਸਫੋਰਡ ਇਕਨੋਮਿਕਸ ਸੀਗੇ ਉਹਨਾਂ ਨੇ ਫਾਈਂਡ ਕੀਤਾ ਵੀ ਰੀਅਲ ਵਰਡ ਦੇ ਵਿੱਚ ਅਗਰ ਪ੍ਰਾਈਸ ਦਾ ਆਊਟਪੁੱਟ ਨੂੰ ਅਸੀਂ ਫਾਈਂਡ ਕਰਨਾ ਤਾਂ ਕਿਸ ਬੇਸ 'ਤੇ ਕਰਾਂਗੇ ਉਹਨਾਂ ਨੇ ਦੇਖੋ ਕੀ ਚੀਜ਼ ਦੇਖੀ ਸਭ ਤੋਂ ਪਹਿਲਾਂ ਉਹਨਾਂ ਰੀਅਲ ਵਰਡ ਦੇ ਵਿੱਚ ਮੋਸਟ ਮੈਨੂਫੈਕਚਰਿੰਗ ਫਰਮ ਓਪਰੇਟ ਇਨ ਓਲੀਗੋਪੋਲਿਸਟਿਕ ਮਾਰਕੀਟ ਮਾਰਕੀਟ ਦੇ ਵਿੱਚ ਉਹ ਕਿਹੜੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਓਲੀਗੋਪੋਲਿਸਟਿਕ ਦੇ ਕੰਮ ਕਰ ਰਹੀਆਂ ਮੀਨਸ ਜਿਹਨਾਂ ਦਾ ਕੰਮ ਮਾਰਕੀਟ ਦੇ ਵਿੱਚ ਦੋ ਹੀ ਕੰਪਨੀਆਂ ਔਰ ਕੰਮ ਜਿਹੜਾ ਉਹਨਾਂ ਦਾ ਪ੍ਰੋਡਕਟ ਜੋ ਹੈ ਸੇਮ ਹੈ ਸੈਕਿੰਡ ਉਹਨਾਂ ਨੇ ਦੇਖਿਆ ਇਟ ਇਨ ਰਿਐਲਿਟੀ ਓਲੀਗੋਪੋਲਿਸਟਿਕ ਫਰਮ ਡੂ ਨੋਟ ਨੋ ਦੇ ਦੇਅਰ ਡਿਮਾਂਡ ਕਰਾ ਫਿਰ ਉਹਨਾਂ ਨੇ ਵੀ ਦੇਖਿਆ ਵੀ ਉਹ ਕੰਪਨੀਆਂ ਦੇਖਣੀ ਹੈਗੀਆਂ ਜਿਹਨਾਂ ਦਾ ਡਿਮਾਂਡ ਕਰੋ ਜਿਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਕਿੱਦਾਂ ਰਿਐਕਟ ਕਰਦੀ ਹੈਗੀ ਆਪਸ ਦੇ ਵਿੱਚ ਫਿਰ ਉਹਨਾਂ ਨੂੰ ਉਹਨਾਂ ਨੇ ਫੁੱਲ ਪ੍ਰਾਈਸ ਬੇਸ ਦੇ ਉੱਪਰ ਉਹਨਾਂ ਨੇ ਚੈੱਕ ਕੀਤਾ ਹੈਗਾ ਡਿਟਰਮਾਈਨ ਦੀ ਪ੍ਰਾਈਸ ਔਨ ਦੀ ਬੇਸਿਸ ਆਫ ਦੀ ਫੁੱਲ ਕੋਸਟ ਪ੍ਰਿੰਸੀਪਲ ਉਹਨਾਂ ਦੀ ਫੁੱਲ ਕੋਸਟ ਉਹਨਾਂ ਦੀ ਕਿੰਨੀ ਲੱਗ ਰਹੀ ਉਸ ਬੇਸ ਉਹਨਾਂ ਦੀ ਚੈਕਿੰਗ ਹੋਈ ਲਾਸਟ ਦੇ ਵਿੱਚ ਉਹਨਾਂ ਡਿਮਾਂਡ ਕਰਾ ਤਾਂ ਉਹਨਾਂ ਨੇ ਸੈੱਟ ਕਰੇਗੀ ਮੀਨਸ ਕਿੰਕਲ ਦੇ ਬੇਸ ਤੇ ਆਉਂਦੇ ਤਾਂ ਮੋਸਟਲੀ ਕਿੰਕਲ ਦੇ ਬੇਸ ਤੇ ਹੀ ਨੇ ਪਹਿਲਾਂ ਕੰਪਨੀਆਂ ਫਾਈਂਡ ਕਰੀਆਂ ਗਈਆਂ ਫਿਰ ਉਹ ਕੰਪਨੀ ਕਿਸ ਬੇਸ ਤੇ ਕੰਮ ਕਰ ਰਹੀ ਹੈਗੀ ਉਹ ਦੇਖਿਆ ਗਿਆ ਫਿਰ ਉਹਨਾਂ ਦਾ ਡਿਮਾਂਡ ਕਰਮ ਚੈੱਕ ਕਰੇਗੀ ਜਦਕਿ ਦੋਨਾਂ ਕੰਪਨੀਆਂ ਨੂੰ ਨਹੀਂ ਪਤਾ ਸੀਗਾ ਲਾਸਟ ਦੇ ਵਿੱਚ ਉਹਨਾਂ ਨੇ ਡਿਮਾਂਡ ਕਰਮ ਕਿੰਕਲ ਬੇਸ ਤੇ ਬਣਾਈ ਤਾਂ ਮਤਲਬ ਇੱਕ ਸਰਵੇ ਰਿਪੋਰਟ ਕੀਤੀ ਗਈ ਹਾਲ ਐਂਡ ਇਚ ਫਰਮ ਸੀਗੇ ਉਹਨਾਂ ਨੇ ਦੇਖੋ ਦਿਖਾਇਆ ਵੀ ਉਹਨਾਂ ਦਾ ਕਿੰਕਲ ਦਿਖਾਇਆ ਪਹਿਲਾਂ ਡਿਮਾਂਡ ਕਰੋ ਕਹਿੰਦਾ ਪਹਿਲਾਂ ਤੁਹਾਡਾ ਇਸ ਤਰ੍ਹਾਂ ਸੀਗਾ ਉਹ ਕੰਪਨੀਆਂ ਦਾ ਜਦੋਂ ਉਹ ਸਰਵੇ ਕਰਨ ਲੱਗੇ ਆਊਟਪੁੱਟ ਚੱਲ ਰਹੀ ਸੀ ਡਿਮਾਂਡ ਕਰੋ ਸੀ ਉਸ ਤੋਂ ਬਾਅਦ ਜਾਂਦਾ ਤੁਹਾਡਾ ਡਾਊਨ ਪਿਆ ਉਹਨੂੰ ਅਸੀਂ ਕਿੰਕਲ ਕਹਿ ਦਿੰਦੇ ਹੈਗੇ ਸਾਡਾ ਸੰਦਰਸ਼ਨ ਦਾ ਨਾਮ ਤਾਂ ਜਦੋਂ ਸਰਵੇ ਕੀਤੀ ਉਹ ਦਿਖਾਇਆ ਉਹਨਾਂ ਨੇ ਕਿਸ ਬੇਸ ਤੇ ਕੋਈ ਕੰਪਨੀ ਪ੍ਰਾਈਸ ਘਟਾ ਦੀ ਹੈ ਜਾਂ ਵਧਾ ਰਹੀ ਹੈ ਉਸ ਹਿਸਾਬ ਨਾਲ ਤੁਹਾਡੀ ਪ੍ਰਾਈਸ ਨਾਲ ਡਿਮਾਂਡ ਜੋ ਹੈ ਜਾਂ ਰੈਵਨਿਊ ਘੱਟ ਪੱਜ ਜਾਂਦੀ ਹੈ ਕੌਣ ਸਰ ਹੋਲ ਐਂਡ ਹਿਚ ਨਹੀਂ ਹੈ ਸਿਰਫ ਉਹ ਵਾਲਾ ਆਪਣੇ ਬਸ ਸਵੀਜ਼ੀ ਤੁਸੀਂ ਕੀ ਕਰ ਸਕਦੇ ਹੋ ਇਹਨੇ ਕਿ ਓਲੀਗੋਪੋਲੀ ਫਰਮ ਅਡੋਪਟ ਫੁੱਲ ਕੋਸਟ ਪ੍ਰਾਈਸਿੰਗ ਤਾਂ ਜਦੋਂ ਵੀ ਕਹਿੰਦਾ ਓਲੀਗੋਪੋਲੀ ਫਰਮ ਸੀ ਉਹਨਾਂ ਨੇ ਦੋਨਾਂ ਦੀ ਪ੍ਰਾਈਸਿੰਗ ਸੈੱਟ ਕਰਨ ਦਾ ਮਤਲਬ ਫੁੱਲ ਕੋਸਟ ਪ੍ਰਾਈਸਿੰਗ ਸੈੱਟ ਕਰਨਗੀਆਂ ਤਾਂ ਜਾ ਕੇ ਆਪਣਾ ਉਹ ਮਾਰਜਨ ਕਮਾ ਸਕਦੀ ਹੈ ਲਾਸਟ ਉਹ ਮਾਡਲ ਸਰਵੇ ਕਰਨ ਦਾ ਮਤਲਬ ਵੀ ਇਹ ਸੀਗਾ ਵੀ ਅਗਰ ਫਰਮ ਦੀ ਕਹਿੰਦਾ ਪ੍ਰਾਈਸ ਅਸੀਂ ਘਟਵਾਉਂਦੇ ਵਧਾਉਂਦੇ ਜਾਂ ਕੁਛ ਕਰਦੇ ਹਾਂ ਤਾਂ ਉਹਨਾਂ ਦੇ ਮਾਰਜਨ ਦਾ ਵੀ ਤਾਂ ਫਰਕ ਪੈਂਦਾ ਹੈਗਾ ਕਿੰਕਲ ਅਗਰ ਉਹ ਫੁੱਲ ਕੋਸਟ ਅਡੋਪਟ ਕਰਦੇ ਨੇਗੇ ਜਿੰਨਾ ਉਹਨਾਂ ਨੂੰ ਖਰਚਾ ਲੱਗ ਰਿਹਾ ਹੈਗਾ ਤਾਂ ਉਸ ਬੇਸ ਨਾਲ ਕਹਿੰਦਾ ਉਹਨਾਂ ਦਾ ਮਾਰਜਨ ਦਾ ਵੀ ਫਿਕਸ ਹੋ ਸਕਦੀ ਹੈ ਅਦਰਵਾਈਜ਼ ਉਹ ਕਿੰਕਲ ਦੇ ਨੀਚੇ ਨੂੰ ਜਾਏਗੀ ਠੀਕ ਹੈ ਫਿਰ ਉਸਕੇ ਬਾਅਦ ਆਪਣੇ ਪਾਸ ਮਾਰਕੀਟ ਸਟਰਕਚਰ ਐਂਡ ਬੈਰੀਜ਼ ਟੂ ਦੀ ਐਂਟਰੀ ਅਗਰ ਮਾਰਕੀਟ ਦੇ ਵਿੱਚ ਕੋਈ ਕੰਪਨੀ ਆਉਂਦੀ ਹੈ ਮਾਰਕੀਟ ਸਟਰਕਚਰ ਤਾਂ ਸਾਨੂੰ ਪਤਾ ਨਾ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਉਹਨੂੰ ਮਾਰਕੀਟ ਸਟਰਕਚਰ ਉਹਦੀਆਂ ਬੈਰੀਜ਼ ਕੀ ਨੇ ਕੋਈ ਕੰਪਨੀ ਹੈ ਮਾਰਕੀਟ ਦੇ ਵਿੱਚ ਐਂਟਰੀ ਕਰਦੀ ਹੈ ਸਭ ਤੋਂ ਪਹਿਲਾਂ ਆਉਂਦਾ ਪ੍ਰੋਡਕਟ ਡਿਫਰੈਂਟੇਸ਼ਨ ਜਦੋਂ ਵੀ ਕੋਈ ਮਾਰਕੀਟ ਕੰਪਨੀ ਦੇ ਵਿੱਚ ਆਉਂਦਾ ਹਮੇਸ਼ਾ ਪ੍ਰੋਡਕਟ ਡਿਫਰੈਂਸ ਹਮੇਸ਼ਾ ਦੇਖਿਆ ਜਾਂਦਾ ਹੈ ਜੋ ਪ੍ਰੋਡਕਟ ਪਹਿਲਾਂ ਤੋਂ ਚੱਲ ਰਹੇ ਨੇ ਅਗਰ ਕੋਈ ਨਵੀਂ ਕੰਪਨੀ ਆਏਗੀ ਆਪਣਾ ਪ੍ਰੋਡਕਟ ਲੈ ਕੇ ਤਾਂ ਉਹ ਡਿਫਰੈਂਸ ਜ਼ਰੂਰ ਰਹਿੰਦਾ ਹੈਗਾ ਕਈ ਵਾਰ ਲੋਕ ਜਿਵੇਂ ਪਸੰਦ ਨਹੀਂ ਕਰਦੇ ਕਿ ਸਭ ਤੋਂ ਬੜੀ ਰੁਕਾਵਟ ਤਾਂ ਇਹੀ ਹੈਗੀ ਮਾਰਕੀਟ ਦੇ ਆਉਣ ਦੇ ਨਵੀਂ ਕੰਪਨੀ ਜਦ ਵੀ ਆਏਗੀ ਨਵਾਂ ਮਾਡਲ ਆਏਗਾ ਤਾਂ ਨਵਾਂ ਮਾਡਲ ਜਾਂ ਨਵਾਂ ਪ੍ਰੋਡਕਟ ਨੂੰ ਲੋਕ ਹੌਲੀ ਹੌਲੀ ਹੀ ਪਸੰਦ ਕਰਨਗੇ ਇਸ ਦਿਨ ਆਈਟੀ ਮਾਡਲ ਨਾਲ ਦੀ ਨਾਲ ਨਹੀਂ ਕੋਈ ਪਸੰਦ ਕਰਨ ਲੱਗ ਜਾਂਦਾ ਸੈਕਿੰਡ ਹੈਗਾ ਕੰਟਰੋਲ ਆਫ ਇਨਪੁੱਟ ਬਾਈ ਦੀ ਐਗਜਿਸਟਿੰਗ ਸਪਲਾਇਰ ਫਿਰ ਐਗਜਿਸਟਿੰਗ ਸਪਲਾਇਰ ਜੋ ਹੈ ਇਨਪੁੱਟ ਨੂੰ ਕੰਟਰੋਲ ਕਰਦੇ ਨੇ ਉਹ ਲੋਕਲ ਐਡਵਾਂਟੇਜ ਵਗੈਰਾ ਜਾਂ ਮੈਨੇਜਰ ਟੈਲੈਂਟ ਯੂਜ ਕਰਦੇ ਨੇ ਸਾਡੀ ਕੰਪਨੀ ਮੰਨ ਲਓ ਸਾਨੂੰ ਪਹਿਲਾਂ ਤੋਂ ਪ੍ਰੋਪਰ ਮਾਰਕੀਟ ਦੀ ਨੌਲੇਜ ਹੈ ਸਾਡੀ ਕੰਪਨੀ ਜੋ ਅਸੀਂ ਇਨਪੁੱਟ ਯੂਜ ਕਰਦੇ ਹਾਂ ਪ੍ਰੋਡਕਟ ਬਣਾਉਣ ਲਈ ਅਸੀਂ ਉਹ ਚੀਜ਼ਾਂ ਦੂਸਰੀ ਕੰਪਨੀ ਨੂੰ ਜਾਣ ਹੀ ਨਹੀਂ ਦਿੰਦੇ ਹੈਗੇ ਇਹਨੂੰ ਥੋੜ੍ਹਾ ਜਿਹਾ ਪ੍ਰੈਸ਼ਰ ਕਰ ਲੈਂਦੇ ਹਾਂ ਮੈਨੇਜਰ ਟੈਲੈਂਟ ਯੂਜ਼ ਕਰਦੇ ਹਾਂ ਮੈਨੇਜਰ ਨੂੰ ਇਹ ਹੁੰਦਾ ਵੀ ਉਹ ਆਪਣੀ ਜਾਣ ਪਛਾਣ ਨਾਲ ਹੋ ਗਿਆ ਜੋ ਦੂਸਰੀ ਕੰਪਨੀ ਲਈ ਉਹ ਪ੍ਰੋਡਕਸ਼ਨ ਬਣਾਉਣ ਲਈ ਉਹ ਸਮਾਨ ਕੁਆਲਿਟੀ ਵਾਲਾ ਪਹੁੰਚਾਉਣ ਨਹੀਂ ਦਿੰਦੇ ਹੈਗੇ ਤਾਂ ਉਸ ਲਈ ਵੀ ਇੱਕ ਨਵੀਂ ਕੰਪਨੀ ਨੂੰ ਰੁਕਾਵਟ ਆਉਂਦੀ ਹੈ ਮੋਸਟਲੀ ਇੱਦਾਂ ਦਾ ਕੰਪੀਟੀਸ਼ਨ ਚੱਲਦਾ ਰਹਿੰਦਾ ਮਾਰਕੀਟ 'ਚ ਅਗਰ ਮੰਨ ਲਓ ਕਿਸੇ ਸਪਲਾਇਰ ਤੋਂ ਅਸੀਂ ਸਮਾਨ ਲੈ ਰਹੇ ਹਾਂ ਉੱਧਰੋਂ ਵੀ ਨਵੀਂ ਕੰਪਨੀ ਆ ਕੇ ਲੈਣ ਲੱਗ ਜਾਂਦਾ ਅਸੀਂ ਉਸ ਸਪਲਾਇਰ ਨੂੰ ਕਹਿੰਦੇ ਤੂੰ ਸਾਡੇ ਨਾਲ ਪੁਰਾਣਾ ਜੁੜਿਆ ਉੱਥੇ ਸਮਾਨ ਨਹੀਂ ਦੇਣਾ ਜਾਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਤਾਂ ਨਵੀਂ ਕੰਪਨੀ ਇਹ ਵੀ ਇੱਕ ਤਰ੍ਹਾਂ ਦੀ ਰੁਕਾਵਟ ਹੈ ਥਰਡ ਲਿਖਿਆ ਉਹਨਾਂ ਨੇ ਲੀਗਲ ਰਿਸਟ੍ਰਿਕਸ਼ਨ ਸਭ ਤੋਂ ਪਹਿਲਾਂ ਕੀ ਤਾਂ ਉਹ ਸੋਰੀ ਸਭ ਅਗਲੀ ਪੁਆਇੰਟ ਜਿਹੜਾ ਹੈਗਾ ਲੀਗਲ ਰਿਸਟ੍ਰਿਕਸ਼ਨ ਹੈ ਕਿਸੇ ਕੰਪਨੀ ਦੇ ਪੇਟੈਂਟਸ ਲਾਇਸੈਂਸ ਰਜਿਸਟ੍ਰੇਸ਼ਨ ਨਵੀਂ ਕੰਪਨੀ ਆਵੇਗੀ ਉਹਨੂੰ
ਫਿਰ ਹੈਗਾ ਸਕੇਲ ਇਕਨੋਮਿਕਸ, ਇੰਡਸਟਰੀ ਔਨ ਸਮਾਲ ਸਕੇਲ ਵਿਲ ਹੈਵ ਹਾਇਰ ਐਵਰੇਜ ਆਫ ਕੋਸਟ ਆਫ ਪ੍ਰੋਡਕਸ਼ਨ, ਜਦੋਂ ਕੋਈ ਛੋਟੀ ਕੰਪਨੀ ਆਏਗੀ ਉਹਨੂੰ ਕੋਸਟ ਆਫ ਪ੍ਰੋਡਕਸ਼ਨ ਬਹੁਤ ਜ਼ਿਆਦਾ ਲੱਗਣੀ ਹੈ, ਜਿਹੜੀ ਲਾਰਜ ਕੰਪਨੀਆਂ ਪਹਿਲਾਂ ਤੋਂ ਹੀ ਚੱਲ ਰਹੀਆਂ ਉਹਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਉਹਨੂੰ ਮੈਟਰ ਨਹੀਂ ਕਰਦੀ ਕਿਉਂਕਿ ਉਹਨਾਂ ਦਾ ਪ੍ਰੋਡਕਸ਼ਨ ਜਾਂ ਪ੍ਰੋਫਿਟ ਲੈਵਲ ਉਹਨਾਂ ਪਹਿਲਾਂ ਤੋਂ ਹੀ ਚੱਲਦਾ ਹੁੰਦਾ ਪ੍ਰੋਪਰ, ਨਵੀਂ ਕੰਪਨੀ ਆਊਗੀ ਉਹਨੂੰ ਪ੍ਰੋਫਿਟ ਹੌਲੀ ਹੌਲੀ ਸਟਾਰਟ ਹੋਣਾ ਹੈ, ਤਾਂ ਇਹ ਵੀ ਇੱਕ ਤਰ੍ਹਾਂ ਦੀ ਰੁਕਾਵਟ ਬਣ ਜਾਂਦੀ ਕੋਈ ਕੰਪਨੀ ਅਗਰ ਮਾਰਕੀਟ 'ਚ ਆਉਣਾ ਚਾਹੁੰਦੀ ਹੈ ਤਾਂ ਇਸ ਤਰ੍ਹਾਂ ਦੀ ਇਹ ਵੀ ਰੁਕਾਵਟ ਹੋ ਜਾਂਦੀ ਮਾਰਕੀਟ ਦੇ ਸਾਹਮਣੇ। ਤਾਂ ਇਹ ਸੀਗੇ ਤੁਹਾਡੇ 4 ਪੁਆਇੰਟ ਜਿਹੜੇ ਜੋ ਹੈ ਤੁਹਾਨੂੰ ਬੈਰੀਜ਼ ਜਾਂ ਫਿਰ ਨੁਕਸਾਨ ਹੋ ਸਕਦੇ ਕਿਸੇ ਰੁਕਾਵਟਾਂ ਹੋ ਸਕਦੀਆਂ ਕਿਸੇ ਕੰਪਨੀ ਦੀ ਮਾਰਕੀਟ ਵਿੱਚ ਆਉਣ ਲਈ।